इधर मुल्लापुर के वार्ड नंबर 10 में लगातार सिविर का पानी ओवरफ्लो हो रहा है और लोगों के घरों तक पानी पहुंच गया, लेकिन नगर परिषद कोई कार्रवाई नहीं कर रही है। हालांकि पिछले दिनों नगर परिषद ने लाखों रुपए की लागत से एक जूटिंग मशीन खरीदी थी, लेकिन वो मशीन भी मुल्लापुर के निवासियों के लिए अफोर्डेबल रही। ਮੇਰਾ ਨਾਮ ਵੀਰੇ ਨਿੱਕਾ। ਆ ਤੁਹਾਡਾ ਕਿਹੜਾ ਵਾਰਡ ਹੈ? ਆਪਣਾ ਵੀਰੇ ਗੁਰੂ ਨਾਨਕ ਨਗਰ ਪੈਂਦਾ ਵਾ, ਆਪਣਾ ਸੰਤ ਨਰਸਿੰਘ ਹੋਮ ਦੇ ਬੈਕ ਸਾਈਡ ਤੇ। ਦੇਖ ਲਓ ਇੱਕ ਡੰਡਾ ਲਾ ਕੇ ਚਲੇ ਜਾਣਾ। ਕੰਪਲੀਟਾ ਕਰਦੇ ਤੁਸੀਂ ਕਰ ਰਹੇ ਬਜੀ? ਕੰਪਲੀਟਾ ਵੀਰੇ ਆ ਗੰਦੇ ਪਾਣੀ ਦੀਆਂ ਘਰਾਂ ਦੇ ਵਿੱਚ ਇੰਨਾ ਬੁਰਾ ਹਾਲ ਆ, ਸਾਨੂੰ ਲੈਟਰਨ ਬਾਥਰੂਮ ਬੈਠਣ ਤੋਂ ਵੀ ਔਖਾ ਵਾ। ਖਾਣ ਪੀਣ ਤੋਂ, ਰਹਿਣ ਤੋਂ, ਸੌਣ ਤੋਂ, ਰਾਤ ਨੂੰ ਪਾਣੀ ਆ ਜਾਂਦਾ ਵਾ ਅੰਦਰ, ਗੰਦਾ ਪਾਣੀ ਓਵਰਫਲੋ ਹੋ ਕੇ ਵਾਪਸ ਮਾਰਦਾ ਜਾਂਦੇ ਹਾਂ। ਕਹਿੰਦੇ ਗੱਡੀ ਮੰਗਾਈ ਹੋਈ ਆ, ਗੱਡੀ ਦੀ ਟੈਸਟਿੰਗ ਕਰ ਰਹੇ ਹਾਂ, ਕਦੇ ਕੁਛ ਕਰ ਰਹੇ ਹਾਂ, ਕੋਈ ਕੁਛ ਨਹੀਂ ਕਰ ਰਿਹਾ ਹੈਗਾ। ਬਸ ਸਾਨੂੰ ਕਹਿ ਦਿੰਦੇ ਅਸੀਂ ਆਵਾਂਗੇ ਅਤੇ ਕਰਕੇ ਜਾਵਾਂਗੇ। ਬੱਚੇ ਬਿਮਾਰ ਆ, ਤੁਸੀਂ ਹੋਰ ਛੱਡੋ ਬਈ। ਇਹ ਜੇ ਜੁਰਮਾਨਾ ਲਾਉਂਦੇ ਹੁੰਦੇ ਆ, ਕਹਿੰਦੇ ਵੀ ਘਰ ਦੇ ਵਿੱਚ ਜੁਰਮਾਨਾ ਲਾਵਾਂ।